ਗਵਰਨਮੈਂਟ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਨੇ ਇਹਨਾਂ ਦੇ ਨੁਮਾਇੰਦਿਆਂ ਨਾਲ ਸਾਰੀਆਂ ਬੇਸ਼ਿਕਟਾਂ ਨਿਕਲੀਆਂ ਨੇ ਪਿਛਲੇ ਦਿਨ ਡਾਕਟਰ ਬੇਰਕਾ ਜੀ ਔਰ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਅਨਾਊਂਸ ਕੀਤਾ ਸੀਗਾ ਵੀ ਜਿੰਨੇ ਵੀ ਕੋਵਿਡ ਵਲੰਟੀਅਰ ਨੇ ਹਰ ਇੱਕ ਡਿਸਟ੍ਰਿਕਟ ਦੇ ਜੋ ਔਖੇ ਟਾਈਮ ਦੇ ਵਿੱਚ ਇਹਨਾਂ ਨੇ ਲਏ ਗਏ ਸੀ ਉਹਨਾਂ ਸਾਰਿਆਂ ਨੂੰ ਉਹਨਾਂ ਦੀ ਸਰਵਿਸਿਜ਼ 'ਤੇ ਐਕਸਟੈਂਡ ਕੀਤਾ ਜਾਊਗਾ ਔਰ ਨਾ ਹੀ ਦੁਬਾਰਾ ਕੱਢੇ ਜਾਣਗੇ ਲੇਕਿਨ ਸਾਡਾ ਕੰਮ ਨਾ ਹੋਣ ਕਰਕੇ ਜੋ ਸਾਡੀ ਮੀਟਿੰਗ ਹੋਈ ਹੈਗੀ ਉਹਦੇ ਵਿੱਚ ਓਪੀ ਸੋਧੀ ਜੀ ਨੇ ਬਿਲਕੁਲ ਇਹੀ ਮਨਾ ਕਰ ਦਿੱਤਾ ਕਹਿੰਦੇ ਤੁਹਾਡਾ ਕੋਈ ਹੱਲ ਨਹੀਂ ਹੋ ਸਕਦਾ ਔਰ ਬੇਰਕਾ ਸਾਹਿਬ ਕਹਿ ਰਹੇ ਨੇ ਵੀ ਤੁਹਾਡਾ ਹੱਲ ਕਰ ਦਿੱਤਾ ਗਿਆ ਮੇਰੇ ਵੱਲੋਂ ਜਿਹੜੀ ਤੁਹਾਡੀ ਫਾਈਲ ਸੀ ਜਾਂ ਜੋ ਵੀ ਕਾਗਜ਼ੀ ਕਾਰਵਾਈ ਸੀ ਹੋ ਗਈ ਆ ਫਾਈਨੈਂਸ਼ੀਅਲ ਮਿਨਿਸਟਰ ਕੋਲ ਰੋਕੀ ਹੋਈ ਆ ਫਾਈਲ ਸਾਡੀ ਪਰ ਜੋ ਵੀ ਸਾਡਾ ਰੀਜਨ ਆ ਉਹ ਸਾਰਾ ਇਹਨਾਂ ਦੇ ਨੁਮਾਇੰਦਾ ਦਾ ਹੀ ਰੀਜਨ ਅੱਜ ਸਾਡਾ ਜਿਹੜਾ ਨੀਂਹ ਪੱਥਰ ਦਾ ਜੋ ਉਦਘਾਟਨ ਸੀ ਰੋਕਣ ਦਾ ਸਾਡਾ ਇਹੀ ਕਾਰਨ ਆ ਕਿਉਂਕਿ ਸਰ ਸਾਡੀ ਕਿਸੇ ਨੇ ਵੀ ਸਾਰ ਨਹੀਂ ਲਈ ਸਾਡੇ ਸੀਐਮ ਸਾਹਿਬ ਨਾਲ ਤੇ ਬੇਰਕਾ ਸਾਹਿਬ ਨਾਲ ਬਹੁਤ ਵਾਰ ਮੀਟਿੰਗ ਹੋ ਚੁੱਕੀ ਹੈ ਬਟ ਉਹਨਾਂ ਸਾਨੂੰ ਇਹ ਵਿਸ਼ਵਾਸ ਦਿਵਾਇਆ ਹਾਂ ਤੁਹਾਨੂੰ ਡਿਊਟੀ ਤੋਂ ਅਸੀਂ ਦੁਬਾਰਾ ਰੱਖਾਂਗੇ ਰੱਖਾਂਗੇ ਬਟ ਰਿਟਰਨ ਦੇ ਵਿੱਚ ਵੀ ਸਾਨੂੰ ਕੋਈ ਲੈਟਰ ਦਿੱਤਾ ਠੀਕ ਹੈ ਇਸ ਸਰਕਾਰ ਕੋਲ ਇੰਨੀ ਹਿੰਮਤ ਹੈ ਨਹੀਂ ਕਿ ਸਾਡੇ ਨਾਲ ਫੇਸ ਟੂ ਫੇਸ ਗੱਲ ਕਰ ਸਕਣ ਹਮੇਸ਼ਾ ਫੋਨ ਦੇ ਉੱਪਰ ਜਾਂ ਵੀਡੀਓ ਕਾਲ ਦੇ ਉੱਪਰ ਸਿਰਫ ਗੱਲਾਂ ਚੱਲ ਰਹੀਆਂ ਨੇ ਅੱਜ ਕੱਲ੍ਹ ਵੀ ਸਾਨੂੰ ਬੇਰਕਾ ਸਰਕਾਰ ਨਾਲ ਬੇਰਕਾ ਸਾਹਿਬ ਨਾਲ ਮੀਟਿੰਗ ਹੋਈ ਉਹ ਸਾਨੂੰ ਬੇਰਕਾ ਸਾਹਿਬ ਨੇ ਇਹ ਕਿਹਾ ਕਿ ਕੱਲ੍ਹ ਤੁਹਾਨੂੰ ਅਸੀਂ ਜਿੰਦਾ ਹੋਸਪਿਟਲ ਆਪ ਕਾਰਨ ਤੁਹਾਡੀ ਲੈਟਰ ਤਕਰੀਬਨ ਪ੍ਰੂਫ ਦੇਵਾਂਗੇ ਜੁਆਇਨਿੰਗ ਕਰਵਾਵਾਂਗੇ ਬਟ ਅੱਜ ਵੀ ਸਾਨੂੰ ਫੇਸ ਟੂ ਫੇਸ ਬੇਰਕਾ ਸਾਹਿਬ ਨਹੀਂ ਮਿਲੀ ਹੈਗੀ ਅਸੀਂ ਐਨ ਐਚ ਐਮ ਨੇ ਕਰੋਨਾ ਦੇ ਟਾਈਮ ਦੇ ਵਿੱਚ ਸਾਨੂੰ ਕਰੋਨਾ ਵਲੰਟੀਅਰ ਭਰਤੀ ਕੀਤਾ ਸੀਗਾ ਪਰ ਸਾਨੂੰ ਜਿੱਦਾਂ ਹੀ ਮਿਸ਼ਨ ਫਤਿਹ ਹੋਇਆ ਤਾਂ ਸਾਨੂੰ ਕੱਢ ਦਿੱਤਾ ਗਿਆ ਸਾਨੂੰ ਯੂਜ਼ ਐਂਡ ਥਰੋ ਦਾ ਕੰਮ ਕੀਤਾ ਗਿਆ ਸਾਨੂੰ ਮੁੜ ਕੇ ਸਰਕਾਰ ਨੇ ਸਾਡੇ ਕੋਈ ਸਾਰ ਨਹੀਂ ਲਈ ਸਾਡੀਆਂ ਰੋਜ਼ ਤੀਜੇ ਦਿਨ ਮੀਟਿੰਗਾਂ ਹੁੰਦੀਆਂ ਨੇ ਪਰ ਸਾਨੂੰ ਸਾਫ਼ ਕਹਿ ਦਿੱਤਾ ਜਾਂਦਾ ਹੈ ਕਿ ਅਸੀਂ ਤੁਹਾਨੂੰ ਨਹੀਂ ਰੱਖ ਸਕਦੇ ਅੱਜ ਅਸੀਂ ਪਟਿਆਲਾ ਰਜਿੰਦਰਾ ਦੇ ਵਿੱਚ ਵੇਰਕਾ ਆਏ ਸੀਗੇ ਤਾਂ ਉਹਨਾਂ ਦਾ ਅਸੀਂ ਵਿਰੋਧ ਕੀਤਾ ਹੈ ਤਾਂ ਅਸੀਂ ਉਹਨਾਂ ਨੂੰ ਨਹੀਂ ਆਉਣ ਦਿੱਤਾ ਸੀ ਇੱਦਾਂ ਹੀ ਅਸੀਂ ਹਰ ਵਾਰ ਕਾਂਗਰਸ ਸਰਕਾਰ ਦਾ ਵਿਰੋਧ ਕਰਾਂਗੇ ਜਦੋਂ ਤੱਕ ਵਲੰਟੀਅਰਾਂ ਨੂੰ ਨਹੀਂ ਪੱਕੇ ਕੀਤਾ ਜਾਂਦਾ